ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕੋ ਕਹਿ ਲਿਹੋ ਕਿਲਾ ਮਲ, ਕੋ ਕਹਿ ਲਿਹੋ ਕਿਲਾ ਮਲ, ਸਿਖੜੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਤੇ ਸਰਬੱਤ ਖਾਲਸਾ ਇਕੱਠ ਕੀਤਾ, ਜਿਸ ਵਿੱਚ ਸਮੂਹ ਸਿੱਖਾਂ ਦੇ ਜਥੇਦਾਰ ਅਤੇ ਸਿੱਖਾਂ ਨੇ ਸ਼ਮੂਲੀਅਤ ਕੀਤੀ। ਦੀਵਾਲੀ ਦੇ ਮੌਕੇ ਤੇ ਇਹ ਸਰਬੱਤ ਖਾਲਸਾ ਇਕੱਠਾ ਹੋਇਆ। 1747 ਈਸਵੀ ਦੇ ਵਿੱਚ ਸਿੱਖਾਂ ਨੇ ਇੱਕ ਮੁੱਦਾ ਰੱਖਿਆ, ਖਾਲਸਾ ਨੇ ਸਾਨੂੰ ਲੜਨ ਵਿੱਚ ਅਤੇ ਜੀਵਨ ਗੁਜ਼ਾਰਨ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਵਕਤ ਸਾਡੇ ਕੋਲ ਥੋੜ੍ਹਾ ਜਿਹਾ ਸਮਾਂ ਹੈ ਅਤੇ ਇਸ ਸਮੇਂ ਨੂੰ ਸਾਂਭਦਿਆਂ ਹੋਇਆ ਇਹ ਮੁੱਦਾ ਵਿਚਾਰਨਾ ਹੈ ਕਿ ਕੋਈ ਕਿਲ੍ਹਾ ਉਸਾਰਿਆ ਜਾਵੇ ਜਿਸ ਵਿੱਚ ਭਾਰੀ ਗਿਣਤੀ ਵਿੱਚ ਸਿੱਖ ਵੀ ਰਹਿਣ ਤੇ ਸਾਡਾ ਸਮਾਨ ਵੀ ਸੇਫ ਰਵੇ, ਧਨ ਦੌਲਤ ਵੀ ਸੇਫ ਰਵੇ ਤੇ ਦੁਸ਼ਮਣ ਨਾਲ ਦੋ ਹੱਥ ਵੀ ਕੀਤੇ ਜਾਣ, ਅਤੇ ਜੇ ਕੋਈ ਦੁਸ਼ਮਣ ਦਰਬਾਰ ਸਾਹਿਬ ਨੂੰ ਨੁਕਸਾਨ ਪਹੁੰਚਾਉਂਦਾ ਯਤਨ ਕਰੇ ਜਾਂ ਬੇਅਦਬੀ ਕਰਨ ਦੀ ਕੋਸ਼ਿਸ਼ ਕਰੇ ਤਾਂ ਉਹਨੂੰ ਇਸ ਕਿਲ੍ਹੇ ਦੇ ਰਾਹੀਂ ਰੋਕਿਆ ਜਾ ਸਕੇ, ਉਹਨੂੰ ਭਜਾਇਆ ਜਾ ਸਕੇ। ਇਸ ਮੁੱਦੇ ਨੂੰ ਰੱਖਿਆ ਗਿਆ ਤੇ ਸਿੱਖਾਂ ਨੇ ਫਿਰ ਵੱਖ ਵੱਖ ਸਲਾਹਾਂ ਦਿੱਤੀਆਂ ਹਨ। ਭਾਈ ਰਤਨ ਸਿੰਘ ਜੀ ਕਹਿੰਦੇ, ਕੋ ਕਹਿ ਲਿਓ ਕਿਲਾ ਮਲ, ਕਈ ਸਿੱਖ ਕਹਿੰਦੇ ਹਨ ਖਾਲਸਾ ਜੀ ਇਹ ਬਹੁਤ ਵਧੀਆ ਗੱਲ ਹੈ ਕਿ ਖਾਲਸੇ ਦਾ ਆਪਣਾ ਕਿਲਾ ਹੋਵੇ, ਆਪਦਾ ਵਿੱਚ ਸਮਾਨ ਹੋਵੇ, ਸੇਫ ਕੀਤਾ ਹੋਵੇ, ਦੁਸ਼ਮਣ ਨਾਲ ਲੜਨ ਵਾਸਤੇ ਪ੍ਰਬੰਧ ਕੀਤਾ ਹੋਵੇ, ਪਰ ਜੇ ਆਪਣੇ ਕੋਲ ਸਮਾਂ ਥੋੜ੍ਹਾ ਹੈ ਤਾਂ ਸਮੇਂ ਨੂੰ ਸਾਂਭਦਿਆਂ ਹੋਇਆ ਕਿਲ੍ਹਾ ਬਣਾਉਣ ਦੀ ਜਗ੍ਹਾ ਆਪਾਂ ਕਿਲ੍ਹੇ ਨੂੰ ਮੰਨ ਲਈਏ ਤੇ ਇਹ ਚੰਗੀ ਗੱਲ ਹੈ। ਜਿਹੜਾ ਅੰਮ੍ਰਿਤਸਰ ਸਾਹਿਬ ਗੋਬਿੰਦਗੜ੍ਹ ਕਿਲ੍ਹਾ ਹੈ, ਇਸ ਕਿਲ੍ਹੇ ਨੂੰ ਮੰਨ ਲਿਆ ਜਾਵੇ ਅਤੇ ਇਸ ਕਿਲ੍ਹੇ ਦਾ ਆਸਰਾ ਲੈ ਕੇ ਇਹ ਸਾਰੀਆਂ ਸਹੂਲਤਾਂ ਪੂਰੀਆਂ ਕੀਤੀਆਂ ਜਾਣ। ਕੂਕ ਹੈ ਝਾੜੀ ਹੀ ਪਲ, ਪਲ ਤੋਂ ਭਾਵ ਕੀ ਭਲੀ ਠੀਕ। ਕਈ ਕਹਿੰਦੇ ਹਨ ਕਿ ਨਹੀਂ ਖਾਲਸਾ ਜੀ, ਕਿਲ੍ਹਾ ਬਣਾਉਣ ਦੇ ਨਾਲੋਂ ਅਤੇ ਕਿਲ੍ਹਾ ਮੱਲਣ ਦੇ ਨਾਲੋਂ ਚੰਗਾ ਹੈ ਕਿ ਅਸੀਂ ਝਾੜਾਂ ਦੇ ਵਿੱਚ ਹੀ ਰਹੀਏ, ਕਿਉਂਕਿ ਸਾਨੂੰ ਝਾੜਾਂ ਦੇ ਵਿੱਚ ਰਾਹ ਦਾ ਪਤਾ ਹੈ, ਸਾਨੂੰ ਲੜਨ ਦਾ ਪਤਾ ਹੈ, ਸਾਨੂੰ ਆਉਣ ਜਾਣ ਦਾ ਪਤਾ ਹੈ, ਅਸੀਂ ਆਪਣੇ ਢੰਗ ਤਰੀਕੇ ਨਾਲ ਉੱਥੇ ਸੇਫ ਹਾਂ। ਪਰ ਜੇ ਕਿਲ੍ਹਾ ਬਣਾਇਆ ਜਾਂ ਕਿਲ੍ਹੇ ਉੱਤੇ ਆਪਾਂ ਮੱਲ ਕੀਤੀ ਤਾਂ ਕਿਲ੍ਹੇ ਵਿੱਚ ਅਸੀਂ ਕੋਈ ਜੰਗ ਨਹੀਂ ਲੜੀ, ਜਿਸ ਕਰਕੇ ਦੁਸ਼ਮਣ ਨਾਲ ਲੜਨਾ ਸਾਡਾ ਔਖਾ ਹੋ ਸਕਦਾ ਹੈ, ਜਾਂ ਜੰਗਲਾਂ ਵਿੱਚ ਬੇਲਿਆਂ ਵਿੱਚ ਤੇ ਆਪਾਂ ਕਈ ਵਾਰੀ ਲੜ ਚੁੱਕੇ ਹਾਂ, ਉਹ ਆਪਣੇ ਵਾਸਤੇ ਬੈਸਟ ਹੈ, ਵਧੀਆ ਹੈ। ਪਰ ਜੇ ਕਿਲ੍ਹੇ ਵਾਸਤੇ ਕਹੋ ਤਾਂ ਇਹਨੂੰ ਜਿਹੜਾ ਵਾ ਨਹੀਂ ਬਣਾਉਣਾ ਚਾਹੀਦਾ, ਸਾਡੇ ਵੱਲ ਝਾੜੀਆਂ ਹੀ ਠੀਕ ਹੈ, ਪਲ ਹੀ ਸਾਡੇ ਵਾਸਤੇ ਠੀਕ ਹਨ। ਜੁੜ ਸਿਆਣਨ ਨੇ ਆਖੀ ਫੇਰ, ਭਾਈ ਰਤਨ ਸਿੰਘ ਜੀ ਕਹਿੰਦੇ ਫਿਰ ਹੋਰ ਵੀ ਸਿਆਣੇ ਸੱਜਣਾਂ ਨੇ ਆਪਣੀਆਂ ਸਲਾਹਾਂ ਦਿੱਤੀਆਂ। ਬਿਨਾਂ ਆਸਰੇ ਬਚੇ ਨਾ ਸ਼ੇਰ, ਬਿਨਾਂ ਆਸਰੇ ਬਚੇ ਨਾ ਸ਼ੇਰ। ਭਾਈ ਰਤਨ ਸਿੰਘ ਜੀ ਕਹਿੰਦੇ ਸਿਆਣੇ ਫਿਰ ਸਲਾਹ ਦਿੰਦੇ ਹਨ, ਖਾਲਸਾ ਜੀ ਬਿਨਾਂ ਆਸਰੇ ਬਚੇ ਨਾ ਸ਼ੇਰ। ਜੰਗਲ ਦਾ ਰਾਜਾ ਸ਼ੇਰ ਹੈ, ਪਰ ਸ਼ੇਰ ਵੀ ਓਨਾ ਚਿਰ ਤੱਕ ਸੇਫ ਹੈ ਜਿੰਨਾ ਚਿਰ ਤੱਕ ਉਹਦੇ ਕੋਲ ਜੰਗਲ ਦਾ ਸਹਾਰਾ ਹੈ। ਉਹ ਜੰਗਲ ਤੋਂ ਥੋੜਾ ਜਿਹਾ ਪਰਾਂ ਹੋਇਆ ਨਹੀਂ ਤੇ ਸ਼ਿਕਾਰੀ ਨੇ ਉਹਦਾ ਸ਼ਿਕਾਰ ਕੀਤਾ ਨਹੀਂ। ਜੰਗਲ ਦਾ ਆਸਰਾ ਸ਼ੇਰ ਹੈ ਤੇ ਸਾਨੂੰ ਵੀ ਜਿਹੜਾ ਆਸਰਾ ਕਿਲ੍ਹਾ ਹੀ ਬਣਾਉਣਾ ਚਾਹੀਦਾ ਹੈ, ਕਿਉਂਕਿ ਅਸੀਂ ਕਿਲ੍ਹੇ ਵਿੱਚ ਸੇਫ ਰਵਾਂਗੇ, ਸਾਡਾ ਜਾਨੀ ਮਾਲੀ ਦੋਵੇਂ ਬੰਨੇ ਤੋਂ ਨੁਕਸਾਨ ਘੱਟ ਹੋਵੇਗਾ। ਜਿਵੇਂ ਸ਼ੇਰ ਜਿਹੜਾ ਵਾ ਖਤਰਾ ਜਾਪਣ ਦੇ ਜੰਗਲ ਦਾ ਸਹਾਰਾ ਲੈ ਕੇ ਆਪਣੀ ਜਾਨ ਬਚਾ ਲੈਂਦਾ ਹੈ, ਸਾਨੂੰ ਖਤਰਾ ਭਾਸੇਗਾ
ਸਾਨੂੰ ਖਤਰਾ ਜਾਪੇਗਾ ਤਾਂ ਆਪਾਂ ਕਿਲੇ ਦਾ ਆਸਰਾ ਲੈ ਕੇ ਆਪਣੀ ਜਾਨ ਵੀ ਬਚਾ ਸਕਦੇ ਹਾਂ। ਓਏ ਵੀ ਬੱਚੇ ਆਸਰੇ ਚੱਲ, ਕਿਉਂਕਿ ਸ਼ੇਰ ਜਿਹੜਾ ਹੈ ਉਹ ਜੰਗਲ ਦਾ ਆਸਰਾ ਲੈ ਕੇ ਆਪਣੀ ਜਾਨ ਬਚਾਉਂਦਾ ਹੈ। ਲਾਏ ਦੀਵਾਨ ਖਾਲਸੇ ਕਰੀ ਗੱਲ, ਲਾਏ ਦੀਵਾਨ ਖਾਲਸੇ ਕਰੀ ਗੱਲ। ਭਾਈ ਰਤਨ ਸਿੰਘ ਜੀ ਕਹਿੰਦੇ ਖਾਲਸੇ ਨੇ ਦੀਵਾਨ ਸਜਾਇਆ ਹੋਇਆ ਹੈ ਅਤੇ ਇਸ ਮੁੱਦੇ ਦੇ ਉੱਤੇ ਗੁਰਮਤਾ ਕੀਤਾ ਜਾ ਰਿਹਾ ਹੈ, ਵਿਚਾਰਾਂ ਹੋ ਰਹੀਆਂ, ਗੱਲਾਂ ਬਾਤਾਂ ਹੋ ਰਹੀਆਂ ਹਨ। ਸਿੰਘ ਸਿਦਕੀਆਂ ਨੇ ਵਿਚਾਰੇ, ਭਾਈ ਰਤਨ ਸਿੰਘ ਜੀ ਕਹਿੰਦੇ ਫਿਰ ਸਿਦਕੀ ਸਿੱਖਾਂ ਨੇ ਫਿਰ ਇਹ ਜਿਹੜਾ ਮਤਾ ਪਕਾ ਲਿਆ, ਪੰਥ ਨੇ ਇਸ ਗੱਲ ਦਾ ਫੈਸਲਾ ਕਰ ਲਿਆ। ਕਿਲੇ ਔਰ ਕਿਲੇ ਮਜਾਰੀ, ਕਿਲੇ ਤੋਂ ਬਿਨਾਂ ਜਿਹੜਾ ਆਪਾਂ ਹੁਣ ਲੜ ਨਹੀਂ ਸਕਦੇ, ਕਿਲੇ ਤੋਂ ਬਾਅਦ ਬਿਨਾਂ ਸਾਡਾ ਹੁਣ ਸਰਨਾ ਨਹੀਂ ਤੇ ਸਾਨੂੰ ਹੁਣ ਕਿਲਾ ਜਿਹੜਾ ਉਹ ਬਣਾਉਣਾ ਹੀ ਚਾਹੀਦਾ ਹੈ। ਭਾਈ ਰਤਨ ਸਿੰਘ ਜੀ ਕਹਿੰਦੇ ਫਿਰ ਇਹ ਜਿਹੜਾ ਸਮੁੱਚਾ ਫੈਸਲਾ ਸਰਬੱਤਰ ਖਾਲਸੇ ਨੇ ਕਰ ਲਿਆ ਅਤੇ ਇਸ ਫੈਸਲੇ ਦਾ ਗੁਰਮਤਾ ਕਰ ਲਿਆ ਗਿਆ ਕਿ ਹੁਣ ਖਾਲਸੇ ਨੇ ਇੱਕ ਕਿਲਾ ਉਸਾਰਨਾ ਹੈ। ਛੋੜ ਅੰਮ੍ਰਿਤਸਰ ਗੁਰਦਰਬਾਰ, ਫਿਰ ਹੁਣ ਇਸ ਮੁੱਦੇ ਤੇ ਫੈਸਲਾ ਕੀਤਾ ਜਾਣ ਲੱਗਾ ਕਿ ਕਿਲਾ ਬਣਾਇਆ ਜਾਵੇਗਾ। ਹੁਣ ਬਣਾਇਆ ਕਿਹੜੇ ਨਗਰ ਵਿੱਚ ਜਾਵੇ, ਕਿਹੜੀ ਧਰਤੀ ਤੇ ਬਣਾਇਆ ਜਾਵੇ, ਕਿਹੜੇ ਪਿੰਡ ਵਿੱਚ ਬਣਾਇਆ ਜਾਵੇ, ਹੁਣ ਇਸ ਬੰਨੇ ਉਹ ਫੈਸਲਾ ਕੀਤਾ ਜਾਣ ਲੱਗਾ, ਵਿਚਾਰਾਂ ਹੋਣ ਲੱਗੀਆਂ। ਤੇ ਉਹਦੇ ਵਿੱਚ ਫਿਰ ਕਈ ਸਿੱਖ ਕਹਿੰਦੇ ਹਨ ਛੋੜ ਅੰਮ੍ਰਿਤਸਰ ਗੁਰਦਰਬਾਰ, ਕਹਿੰਦੇ ਅਸੀਂ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਨੂੰ ਛੱਡ ਕੇ, ਗੁਰੂ ਦਰਬਾਰ ਨੂੰ ਛੱਡ ਕੇ, ਹਰਿਮੰਦਰ ਸਾਹਿਬ ਨੂੰ ਛੱਡ ਕੇ ਅਸੀਂ ਹੋਰ ਕਿਤੇ ਨਹੀਂ ਜਾ ਸਕਦੇ, ਕਿਉਂਕਿ ਇਹ ਤੋਂ ਪਵਿੱਤਰ ਧਰਤੀ ਸਾਡੇ ਵਾਸਤੇ ਹੋਰ ਕੋਈ ਨਹੀਂ ਹੈ। ਇਸ ਪਵਿੱਤਰ ਧਰਤੀ ਨੂੰ ਸਤਿਗੁਰੂ ਜੀ ਨੇ ਆਪ ਚੁਣਿਆ ਹੈ, ਇਸ ਕਰਕੇ ਜੇ ਕਿਲਾ ਬਣਾਉਣਾ ਹੈ ਤਾਂ ਫਿਰ ਇਸੇ ਧਰਤੀ ਤੇ ਹੀ ਬਣਾਇਆ ਜਾਵੇ। ਕੈਰੋ ਪਾਂਡੋ ਭਇ ਭੂਮ ਵਿਚਾਰ। ਭਾਈ ਰਤਨ ਸਿੰਘ ਜੀ ਇੱਕ ਉਦਾਹਰਣ ਦਿੰਦੇ ਹਨ, ਕਹਿੰਦੇ ਜਦੋਂ ਕੌਰਵਾਂ ਤੇ ਪਾਂਡਵਾਂ ਦੇ ਵਿੱਚ ਮਹਾਭਾਰਤ ਹੋਈ, ਭੂਮ ਤੋਂ ਪਾਪ ਕੇ ਧਰਤੀ, ਉਹਨਾਂ ਨੇ ਵੀ ਇਸ ਜੰਗ ਨੂੰ ਲੜਨ ਲੱਗਿਆ ਧਰਤੀ ਦੀ ਵਿਚਾਰ ਕੀਤੀ ਸੀ ਤੇ ਕਿਹੜੇ ਨਗਰ ਦੇ ਵਿੱਚ ਇਹ ਜੰਗ ਲੜਿਆ ਜਾਵੇ। ਤੇ ਫਿਰ ਅਖੀਰ ਫੈਸਲਾ ਹੋਇਆ ਸੀ ਕਿ ਆਪਾਂ ਕੁਰਕਸ਼ੇਤਰ ਦੇ ਮੈਦਾਨ ਵਿੱਚ ਇਹ ਜੰਗ ਲੜਾਂਗੇ ਦੋਵਾਂ ਬੰਨਿਆਂ ਤੋਂ। ਫਿਰ ਕੁਰਕਸ਼ੇਤਰ ਦੇ ਵਿੱਚ ਜਿਹਨੂੰ ਆਪਾਂ ਮਹਾਭਾਰਤ ਦਾ ਯੁੱਧ ਕਹਿੰਦੇ ਹਾਂ, ਉਹ ਉੱਥੇ ਦੋਵਾਂ ਧਿਰਾਂ ਦੇ ਵਿੱਚ ਕੁਰਕਸ਼ੇਤਰ ਦੀ ਧਰਤੀ ਦੇ ਉੱਤੇ ਦੋਵਾਂ ਬੰਨਿਆਂ ਤੋਂ ਜੰਗ ਲੜਿਆ ਗਿਆ। ਦੋਹਰਾ ਜੈਸੀ ਭੂਮ ਕੁਲ ਛੇਤਰੀ ਤੈਸੀ ਟਿਕ ਗੁਰਦੁਆਰ, ਜੈਸੀ ਭੂਮ ਕੁਲ ਛੇਤਰੀ ਤੈਸੀ ਟਿਕ ਗੁਰਦੁਆਰ। ਭਾਈ ਰਤਨ ਸਿੰਘ ਜੀ ਕਹਿੰਦੇ ਸਿੱਖ ਕਹਿੰਦੇ ਖਾਲਸਾ ਜੀ, ਜਿਵੇਂ ਕਿ ਕੌਰਵਾਂ ਅਤੇ ਪਾਂਡਵਾਂ ਵਾਸਤੇ ਕੁਰਕਸ਼ੇਤਰ ਦੀ ਧਰਤੀ ਪਵਿੱਤਰ ਹੈ, ਉਸੇ ਤਰੀਕੇ ਨਾਲ ਸਾਡੇ ਵਾਸਤੇ ਗੁਰਦੁਆਰ ਅੰਮ੍ਰਿਤਸਰ ਦੀ ਧਰਤੀ ਜਿਹੜੀ ਉਹ ਪਵਿੱਤਰ ਹੈ। ਜਿਵੇਂ ਉਹਨਾਂ ਨੇ ਫੈਸਲਾ ਕਰਕੇ ਕੁਰਕਸ਼ੇਤਰ ਤੇ ਜੰਗ ਲੜਿਆ ਹੈ, ਉਸੇ ਤਰੀਕੇ ਨਾਲ ਆਪਾਂ ਵੀ ਇਸ ਪਾਵਨ ਪਵਿੱਤਰ ਧਰਤੀ ਦੇ ਉੱਤੇ ਜਿਹੜਾ ਕਿਲਾ ਬਣਾਵਾਂਗੇ, ਜਿਸ ਧਰਤੀ ਦੇ ਗੁਰੂ ਦੇ ਆਪ ਦੇ ਚਰਨ ਪਏ ਹੋਏ ਹਨ, ਜਿਸ ਧਰਤੀ ਦੇ ਉੱਤੇ ਗੁਰੂ ਨੇ ਆਪ ਸੇਵਾ ਕੀਤੀ ਹੈ, ਜਿਸ ਧਰਤੀ ਦੇ ਉੱਤੇ ਗੁਰੂ ਨੇ ਪਹਿਲੀ ਜੰਗ ਲੜੀ ਹੈ, ਕਿਉਂਕਿ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ 1628 ਈਸਵੀ ਦੇ ਵਿੱਚ ਪਹਿਲੀ ਜੰਗ ਜਿਹੜੀ ਉਹ ਅੰਮ੍ਰਿਤਸਰ ਦੀ ਲੜੀ, ਜਿਹਨੂੰ ਆਪਾਂ ਲੋਹਗੜ੍ਹ ਦੀ ਲੜਾਈ ਕਹਿੰਦੇ ਹਾਂ, ਇਹ ਜਿਹੜੀ ਪਹਿਲੀ ਲੜਾਈ ਜਿਹੜੀ ਇੱਥੇ ਲੜੀ ਗਈ ਸੀ ਤੇ ਉਹ ਵੀ ਗੁਰੂ ਸਾਹਿਬ ਜੀ ਨੇ ਲੜੇ। ਸਿੱਖ ਕਹਿੰਦੇ ਇਸ ਪਾਵਨ ਪਵਿੱਤਰ ਧਰਤੀ ਤੇ ਹੀ ਜਿਹੜਾ ਕਿਲਾ ਉਸਾਰਨਾ ਚਾਹੀਦਾ ਹੈ, ਕਿਉਂਕਿ ਇਹ ਤੋਂ ਪਵਿੱਤਰ ਧਰਤੀ ਸਾਡੇ ਵਾਸਤੇ ਹੋਰ ਕੋਈ ਨਹੀਂ ਤੇ ਨਾ ਹੀ ਸਾਨੂੰ ਖੋਜ ਕੀਤਿਆਂ ਮਿਲ ਸਕਦੀ ਹੈ। ਮਰੇ ਸੋ ਟਿਕ ਗੁਰਦੁਆਰ ਕੇ ਸਿੱਖ ਹੋ ਸੋ ਜਨਮ ਹਜ਼ਾਰ। ਸਿੱਖ ਕਹਿੰਦੇ ਖਾਲਸਾ ਜੀ, ਭਾਵੇਂ ਹਜ਼ਾਰਾਂ ਜਨਮ ਸਿੱਖ ਨੂੰ ਧਾਰਨ ਕਰਨੇ ਪੈ ਜਾਣ, ਸਿੱਖ ਵਾਸਤੇ ਜੇ ਅੰਮ੍ਰਿਤਸਰ ਦੀ ਧਰਤੀ ਤੇ ਨਹੀਂ ਮਰ ਰਿਹਾ, ਉਹ ਸ਼ਹੀਦ ਨਹੀਂ ਹੋ ਰਿਹਾ ਤੇ ਉਹਦਾ ਜਿਹੜਾ ਜੀਵਨ ਜਿਹੜਾ ਕਦੀ ਸਫਲਾ ਨਹੀਂ ਹੈ, ਉਹਦੇ ਵਾਸਤੇ ਜਿਹੜਾ ਜਨਮ ਸਫਲਾ ਤਾਂ ਹੈ
ਜੇ ਉਹ ਗੁਰਦੁਆਰ ਗੁਰੂ ਦੇ ਦੁਆਰ ਤੇ ਆ ਕੇ ਮਰ ਜਾਵੇ ਇਸ ਪਾਵਨ ਪਵਿੱਤਰ ਧਰਤੀ ਤੇ ਮਰ ਜਾਵੇ ਤਬੇ ਭੂਮਿਕਾ ਦੇਖਣ ਚਾਹੇ। ਫਿਰ ਭਾਈ ਰਤਨ ਸਿੰਘ ਜੀ ਕਹਿੰਦੇ ਇਹ ਵੀ ਫੈਸਲਾ ਸਿੱਖਾਂ ਵੱਲੋਂ ਹੋ ਗਿਆ ਕਿ ਕਿਲਾ ਵੀ ਉਸਾਰਨਾ ਹੈ ਤੇ ਅੰਮ੍ਰਿਤਸਰ ਦੀ ਧਰਤੀ ਤੇ ਹੀ ਉਸਾਰਨਾ ਹੈ। ਫਿਰ ਹੁਣ ਉਹ ਸਥਾਨ ਵੇਖਣ ਲੱਗੇ ਹਨ, ਖੋਜ ਕਰਨ ਲੱਗੇ ਹਨ ਕਿ ਕਿਹੜੇ ਸਥਾਨ ਦੇ ਉੱਤੇ ਇਸ ਕਿਲੇ ਨੂੰ ਉਸਾਰਿਆ ਜਾਵੇ, ਕਿਉਂਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਤੇ ਗੁਰੂ ਸਾਹਿਬ ਜੀ ਦਾ ਇੱਕ ਬਚਨ ਆਉਂਦਾ, ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ, ਬਦੋ ਪੁਰਖ ਵਧਾਤੇ ਤਾਂ ਤੂੰ ਸੋਹਿਆ, ਵਸਦੀ ਸਗਣਿਆ ਪਾਰ ਅਨੂਪ ਰਾਮਦਾਸ ਪੁਰ, ਹਰ ਹਰ ਕਸਮਲ ਜਾਹੇ ਨਾਇਰ ਰਾਮਦਾਸ ਸਰ। ਇਸ ਪਾਵਨ ਪਵਿੱਤਰ ਧਰਤੀ ਦੇ ਬਾਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚ ਵੀ ਹੈ, ਜਿਸ ਕਰਕੇ ਸਿੱਖਾਂ ਨੇ ਇਸ ਧਰਤੀ ਨੂੰ ਚੁਣਿਆ। ਤਬੇ ਭੂਮਿਕਾ ਦੇਖਣ ਚਾਹੇ, ਫਿਰ ਹੁਣ ਉਹ ਥਾਂ ਵੇਖਣ ਲੱਗੇ ਹਨ ਸਿੱਖ, ਉਹਦਾ ਅਧਿਐਨ ਕਰਦੇ ਹਨ ਜਿਸ ਜਗ੍ਹਾ ਤੇ ਇਸ ਕਿਲੇ ਨੂੰ ਉਸਾਰਿਆ ਜਾਵੇ। ਇਹੀ ਬਾਤ ਇੱਕ ਸਿਆਣੇ ਹੈ। ਭਾਈ ਰਤਨ ਸਿੰਘ ਜੀ ਕਹਿੰਦੇ ਫਿਰ ਇੱਕ ਸਿਆਣਾ ਸਿੱਖ ਹੋਰ ਇਸ ਬਾਰੇ ਆਪਣੇ ਵਿਚਾਰ ਦਿੰਦਾ ਹੈ। ਪੰਜ ਸਰ ਜੋ ਗੁਰੂ ਬਣਾਏ, ਉਹ ਕਹਿੰਦਾ ਖਾਲਸਾ ਜੀ ਕਿਉਂ ਨਾ ਚੰਗੀ ਗੱਲ ਇਹ ਹੈ ਕਿ ਆਪਾਂ ਕਿਲੇ ਬਣਾਉਣ ਬਾਰੇ ਵੀ ਵਿਚਾਰ ਮੰਨ ਲਈ ਹੈ ਤੇ ਪਵਿੱਤਰ ਧਰਤੀ ਨੂੰ ਵੀ ਚੁਣ ਲਿਆ ਹੈ ਤੇ ਅੰਮ੍ਰਿਤਸਰ ਦਾ ਏਰੀਆ ਕੋਈ ਨਿੱਕਾ ਜਿਹਾ ਏਰੀਆ ਤੇ ਹੈ ਨਹੀਂ ਕਿ ਜਿਹੜਾ ਛੇਤੀ ਕਰਕੇ ਆਪਾਂ ਅਧਿਐਨ ਕਰਕੇ ਤੇ ਜਿਹੜਾ ਆਪਾਂ ਕਿਲਾ ਉਸਾਰ ਲਵਾਂਗੇ। ਜੇ ਮੇਰੀ ਸਲਾਹ ਮੰਨੋ ਤਾਂ ਇਸ ਪਾਵਨ ਪਵਿੱਤਰ ਧਰਤੀ ਦੇ ਗੁਰੂ ਸਾਹਿਬ ਜੀ ਨੇ ਪੰਜ ਸਰੋਵਰ ਬਣਾਏ ਹਨ, ਪੰਜ ਸਰੋਵਰਾਂ ਦਾ ਨਿਰਮਾਣ ਕਰਵਾਇਆ ਹੈ, ਕਿਉਂਕਿ ਪੰਜ ਸਰੋਵਰ ਉਹ ਪੰਜੇ ਸਰੋਵਰ ਬਿਲਕੁਲ ਲਾਗੇ ਲਾਗੇ ਜਿਨ੍ਹਾਂ ਨੂੰ ਆਪਾਂ ਸ੍ਰੀ ਅੰਮ੍ਰਿਤਸਰ ਸਰੋਵਰ ਕਹਿੰਦੇ ਹਾਂ, ਸ੍ਰੀ ਕੌਲਸਰ ਦਾ ਸਰੋਵਰ ਕਹਿੰਦੇ ਹਾਂ, ਸ੍ਰੀ ਰਾਮਸਰ ਦਾ ਸਰੋਵਰ ਅਤੇ ਸ੍ਰੀ ਵਿਵੇਕ ਸਰ ਤੇ ਸ੍ਰੀ ਸੰਤੋਖ ਸਰ ਦਾ ਸਰੋਵਰ ਕਹਿੰਦੇ ਹਾਂ। ਇਹ ਪੰਜ ਸਰੋਵਰਾਂ ਦੀ ਉਸਾਰੀ ਗੁਰੂ ਸਾਹਿਬ ਆਪਣੇ ਕਾਰ ਕਮਲਾਂ ਨਾਲ ਕਰਾਈ ਹੈ ਤੇ ਜਿਹੜਾ ਸ੍ਰੀ ਅੰਮ੍ਰਿਤਸਰ ਦਾ ਸਰੋਵਰ ਹੈ ਜਿਹਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਬਣਿਆ ਹੋਇਆ ਹੈ, ਉਸ ਸਰੋਵਰ ਨੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਆਪ ਉਹਦੀ ਨੀਂਹ ਰੱਖੀ ਹੈ, ਆਪ ਉਹਦੀ ਖੁਦਵਾਈ ਸੇਵਾ ਸ਼ੁਰੂ ਕਰਵਾਈ ਹੈ, ਪਰ ਉਹਨੂੰ ਮੁਕੱਲਮ ਬਾਕੀ ਸਾਰੀ ਸੇਵਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਰਾਈ ਤੇ ਜਿਹੜੇ ਚਾਰ ਸਰੋਵਰ ਹੋਰ ਸਤਿਗੁਰੂ ਜੀ ਨੇ ਬਣਾਏ ਹਨ ਉਹ ਚਾਰ ਦੇ ਚਾਰ ਸਰੋਵਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਪ ਆਪਣੇ ਕਰ ਕਮਲਾਂ ਦੇ ਨਾਲ ਸੇਵਾ ਕੀਤੀ ਅਤੇ ਸਿੱਖਾਂ ਦੇ ਕੋਲ ਸੇਵਾ ਕਰਾ ਕੇ ਇਹ ਪੰਜ ਪਵਿੱਤਰ ਸਰੋਵਰ ਜਿਹੜੇ ਅੰਮ੍ਰਿਤਸਰ ਦੀ ਧਰਤੀ ਤੇ ਬਣਾ ਦਿੱਤੇ। ਕੁਰਕਸ਼ੇਤਰ ਤੇ ਅਧਿਕ ਰਚਾਏ। ਭਾਈ ਰਤਨ ਸਿੰਘ ਜੀ ਕਹਿੰਦੇ ਹਨ ਕਿ ਉਹ ਸਿੱਖ ਕਹਿੰਦਾ ਹੈ ਕਿ ਜਿਵੇਂ ਕੌਰਵਾਂ ਪਾਂਡਵਾਂ ਨੂੰ ਕੁਰਕਸ਼ੇਤਰ ਦੀ ਧਰਤੀ ਜ਼ਿਆਦਾ ਮਹੱਤਵ ਹੈ, ਉਹਨਾਂ ਵਾਸਤੇ ਜ਼ਿਆਦਾ ਪਵਿੱਤਰ ਹੈ, ਉਸੇ ਤਰੀਕੇ ਨਾਲ ਸਾਡੇ ਵਾਸਤੇ ਅੰਮ੍ਰਿਤਸਰ ਦੀ ਧਰਤੀ ਜਿਹਦੇ ਵਿੱਚ ਪੰਜ ਸਰੋਵਰ ਸ੍ਰੀ ਗੁਰੂ ਸਾਹਿਬ ਨੇ ਬਣਾਏ ਹਨ, ਸਾਡੇ ਵਾਸਤੇ ਇਹਨਾਂ ਪੰਜਾਂ ਸਰੋਵਰਾਂ ਤੋਂ ਪਰੇ ਨਹੀਂ ਜਾਣਾ ਚਾਹੀਦਾ, ਇਹਨਾਂ ਪੰਜਾਂ ਸਰੋਵਰਾਂ ਦਾ ਅਧਿਐਨ ਕਰਕੇ ਕਿਸੇ ਇੱਕ ਸਰੋਵਰ ਦੇ ਉੱਤੇ ਆਪਾਂ ਇਸ ਕਿਲੇ ਦੀ ਨੀਂਹ ਰੱਖ ਲਈਏ। ਇਸਤੇ ਭੂਮ ਔਰ ਕਤ ਭਲੀ, ਕਿਉਂਕਿ ਇਸ ਤੋਂ ਪਵਿੱਤਰ ਧਰਤੀ ਅਤੇ ਇਹਨਾਂ ਪਵਿੱਤਰ ਪੰਜ ਸਰੋਵਰਾਂ ਤੋਂ ਇਲਾਵਾ ਜਿਹੜਾ ਪ੍ਰਧਰਤੀ ਹੈ ਸਾਨੂੰ ਹੋਰ ਕਿਤੇ ਉਹ ਨਹੀਂ ਮਿਲ ਸਕਦੇ। ਇਹ ਤਜ ਔਰ ਲਈਏ ਜੇ ਚਲੀ, ਜੇ ਇਸ ਧਰਤੀ ਨੂੰ ਛੱਡ ਕੇ ਜਾਂ ਇਹਨਾਂ ਪੰਜਾਂ ਸਰੋਵਰਾਂ ਨੂੰ ਛੱਡ ਕੇ ਆਪਾਂ ਕਿਤੇ ਹੋਰ ਵੇਖਦੇ ਹਾਂ ਤਾਂ ਉਹਦੇ ਵਰਗੀ ਸਾਨੂੰ ਜਗ੍ਹਾ ਨਹੀਂ ਮਿਲ ਸਕਦੀ, ਲੱਭਣ ਤੇ ਵੀ ਸਾਨੂੰ ਮਿਲਣੀ ਨਹੀਂ ਮਿਲਣੀ, ਕਿਉਂਕਿ ਇਸ ਪਾਵਨ ਧਰਤੀ ਨੂੰ ਸਾਨੂੰ ਗੁਰੂ ਸਾਹਿਬ ਜੀ ਨੇ ਆਪ ਦਿੱਤਾ ਹੋਇਆ ਹੈ। ਗੁਰਦੁਆਰੇ ਹੀ ਮਰਨੋ ਚਾਹੀਏ ਅਤੇ ਇਸ ਪਵਿੱਤਰ ਧਰਤੀ ਤੇ ਸਾਨੂੰ ਜਿਹੜਾ ਕਿਲਾ ਬਣਾਉਣਾ ਚਾਹੀਦਾ ਹੈ, ਇਸ ਪਵਿੱਤਰ ਧਰਤੀ ਦੇ ਦੁਸ਼ਮਣ ਦੇ ਨਾਲ ਲੜਦਿਆਂ ਹੋਇਆ ਸਾਨੂੰ ਮਰਨਾ ਚਾਹੀਦਾ ਹੈ ਤੇ ਇਸ ਪਵਿੱਤਰ ਧਰਤੀ ਨੂੰ ਛੱਡ ਕੇ ਸਾਨੂੰ ਕਿਸੇ ਹੋਰ ਧਰਤੀ ਦੇ ਹੋਰ ਦਰ ਤੇ ਨਹੀਂ ਜਾਣਾ ਚਾਹੀਦਾ, ਕਿਉਂਕਿ ਸਤਿਗੁਰੂ ਜੀ ਦੀ ਬਾਣੀ ਦਾ ਇੱਕ ਬਚਨ ਆਉਂਦਾ ਹੈ, ਕਬੀਰ ਜਿਹ ਦਰ ਆਵਤ ਜਾਤੇ ਹੋ, ਹਟਕੇ ਨਾਹੀ ਕੋਏ, ਸੋ ਦਰ ਕੈਸੇ ਛੋਡੀ ਹੈ, ਜੋ ਦਰ ਐਸਾ ਹੋਏ ਕਿ ਇਹੋ ਜਿਹਾ ਦਰ ਜਦੋਂ ਹੈ ਹੀ ਕੋਈ ਨਹੀਂ ਹੈ, ਪਰ ਇਹੋ ਜਿਹਾ ਦਰ ਛੱਡ ਕੇ ਕਿਸੇ ਹੋਰ ਦਰ ਤੇ ਹੋਰ ਧਰਤੀ ਜਾਂ ਹੋਰ ਆਸਰਾ ਆਪਾਂ ਕਿਉਂ ਲਈਏ। ਔਰ ਫੌਜ ਕਿਮ ਜਾਣ ਗਵਈਏ, ਔਰ ਫੌਜ ਕਿਮ ਜਾਣ ਗਵਈਏ,
ਅਤੇ ਹੋਰ ਪਾਸੇ ਹੋ ਕੇ ਦੁਸ਼ਮਣ ਨਾਲ ਲੜਦਿਆਂ ਹੋਇਆਂ ਆਪਣੀ ਜਾਨ ਨੂੰ ਨਜਾਇਜ਼ ਗਵਾ ਲੈਣਾ ਉਹ ਚੰਗੀ ਗੱਲ ਨਹੀਂ ਹੈ। ਜੇ ਜਾਨ ਵੀ ਗਵਾਉਣੀ ਹੈ ਤਾਂ ਇਸ ਪਵਿੱਤਰ ਧਰਤੀ ਤੇ ਲੜਦਿਆਂ ਹੋਇਆ ਹੀ ਗਵਾਈ ਜਾਵੇ। ਦੋਹਰਾ ਇਹਾ ਸੋ ਕੰਧ ਬਣਾਏ ਕਿਛ ਤੁਰਕਣ ਸੋ ਕਰੋ ਜੰਗ। ਇਹਾ ਸੋ ਕੰਧ ਬਣਾਏ ਕਿਛ ਤੁਰਕਣ ਸੋ ਕਰੋ ਜੰਗ। ਇਸ ਕਰਕੇ ਮੇਰੀ ਵਿਚਾਰ ਇਹ ਹੈ ਕਿ ਇਸੇ ਧਰਤੀ ਦੇ ਕੰਧ ਤੋਂ ਭਾਵ ਕਿ ਕਿਲਾ ਬਣਾਇਆ ਜਾਵੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਰਕਾਂ ਦੇ ਨਾਲ ਜੰਗ ਮਚਾਇਆ ਜਾਵੇ, ਉਹਨਾਂ ਦੇ ਨਾਲ ਦੋ ਹੱਥ ਕੀਤੇ ਜਾਣ, ਉਹਨਾਂ ਨੂੰ ਮਾਰਿਆ ਜਾਵੇ ਤੇ ਜਾਂ ਉਹਨਾਂ ਦੇ ਹੱਥੋਂ ਸ਼ਹਾਦਤ ਦਾ ਜਾਨ ਪੀ ਲਈਏ ਆਪਾਂ ਮਰ ਜਾਈਏ। ਮਰੇ ਤਾਂ ਸਵਰਗ ਸਧਾਰ ਹੈ, ਬਚ ਲਏ ਪਾਤਸ਼ਾਹੀ ਅੰਗ। ਮਰੇ ਤਾਂ ਸਵਰਗ ਸਧਾਰ ਹੈ, ਬਚ ਲਏ ਪਾਤਸ਼ਾਹੀ ਅੰਗ। ਸਿੱਖ ਕਹਿੰਦੇ ਜੇ ਮਰ ਗਏ ਤੇ ਸਵਰਗਾਂ ਵਿੱਚ ਜਗ੍ਹਾ, ਸਵਰਗਾਂ ਤੋਂ ਭਾਵ ਕਿ ਰੱਬ ਦੇ ਘਰ ਦੇ ਵਿੱਚ ਜਗ੍ਹਾ ਹੈ, ਤੇ ਜੇ ਬਚ ਗਏ ਜੰਗ ਦੇ ਵਿੱਚ ਤੇ ਗੁਰੂ ਪਾਤਸ਼ਾਹ ਦੇ ਬਚਨਾਂ ਮੁਤਾਬਕ ਸਾਨੂੰ ਪਾਤਸ਼ਾਹੀ ਮਿਲੂਗੀ, ਅਸੀਂ ਪਾਤਸ਼ਾਹੀ ਕਰਾਂਗੇ, ਰਾਜੇ ਬਣਾਂਗੇ। ਤੇ ਜੇ ਮਰ ਜਾਵਾਂਗੇ ਤਾਂ ਵੀ ਸਾਡਾ ਫਾਇਦਾ ਹੈ, ਤਾਂ ਵੀ ਰੱਬ ਦੇ ਘਰ ਵਿੱਚ ਹਾਂ। ਤੇ ਜੇ ਜਿੰਦੇ ਰਹਿ ਜਾਵਾਂਗੇ ਤੇ ਤਾਂ ਵੀ ਗੁਰੂ ਦੇ ਬਚਨਾਂ ਦੇ ਨਾਲ ਆਪਾਂ ਰਾਜ ਕਮਾਵਾਂਗੇ। ਇਸ ਕਰਕੇ ਇਸ ਧਰਤੀ ਤੇ ਹੀ ਜਿਹੜਾ ਕਾਰਵਾਈ ਕੀਤੀ ਜਾਵੇ, ਇਹ ਕਿਲਾ ਉਸਾਰਿਆ ਜਾਵੇ, ਇਹਨਾਂ ਪੰਜਾਂ ਸਰੋਵਰਾਂ ਦਾ ਹੀ ਅਧਿਐਨ ਕੀਤਾ ਜਾਵੇ। ਚੌਪਈ ਇੱਕ ਸਿੱਖ ਨੇ ਐਸ ਉਚਾਰਾ, ਇੱਕ ਸਿੱਖ ਨੇ ਐਸ ਉਚਾਰਾ। ਭਾਈ ਰਤਨ ਸਿੰਘ ਜੀ ਕਹਿੰਦੇ ਪਰ ਇੱਕ ਸਿੱਖ ਨੇ ਹੋਰ ਉਚਾਰ ਕੇ ਕਿਹਾ, ਬਚਨ ਕਹੇ ਹਨ, ਕਹਿਣ ਲੱਗਾ ਖਾਲਸਾ ਜੀ ਇੱਕ ਬਚਨ ਮੈਂ ਵੀ ਇਸ ਧਰਤੀ ਦੇ ਬਾਰੇ ਮੈਂ ਕਹਿਣਾ ਚਾਹੁੰਦਾ ਹਾਂ। ਹਮ ਦੇਖਿਓ ਇੱਕ ਅਚਰਜ ਭਾਰਾ, ਉਹ ਸਿੱਖ ਕਹਿਣ ਲੱਗਾ ਖਾਲਸਾ ਜੀ ਮੈਂ ਇਸ ਪਾਵਨ ਧਰਤੀ ਤੇ ਇੱਕ ਅਚਰਜ ਕੌਤਕ ਪ੍ਰਮਾਤਮਾ ਦੇ ਵੱਲੋਂ ਵੇਖਿਆ ਹੈ, ਜਿਹੜਾ ਮੈਂ ਦੱਸਣਾ ਚਾਹੁੰਦਾ ਹਾਂ, ਜਿਹੜਾ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਵਾ, ਕਿਉਂਕਿ ਪ੍ਰਮਾਤਮਾ ਦੇ ਵੱਲੋਂ ਅਚਰਜ ਕੌਤਕ ਜਿਹੜੇ ਹਨ ਇਹ ਬੜੇ ਵੱਡੇ ਭਾਗਾਂ ਨਾਲ ਨਸੀਬ ਹੁੰਦੇ, ਕਿਸੇ ਕਿਸੇ ਨੂੰ ਨਸੀਬ ਹੁੰਦੇ ਹਨ, ਪਰ ਜੇ ਉਸ ਕੌਤਕ ਨੂੰ ਉਸ ਅਚਰਜ ਮਾਹੌਲ ਨੂੰ ਆਪਾਂ ਦੁਨੀਆਂ ਦੇ ਸਾਹਮਣੇ ਰੱਖਣਾ ਚਾਹੀਏ ਕਿ ਅੱਜ ਮੇਰੇ ਨਾਲ ਆਹ ਜਿਹੜੀ ਘਟਨਾ ਵਾਪਰੀ ਹੈ। ਵੈਸੇ ਬਾਣੀ ਵਿੱਚ ਇੱਕ ਬਚਨ ਆਉਂਦਾ, ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ। ਅਨਹੋਣੀ ਦੀ ਚਿੰਤਾ ਕਰਨੀ ਚਾਹੀਦੀ ਹੈ, ਤੇ ਅਨਹੋਣੀ ਉਹ ਚੀਜ਼ ਹੁੰਦੀ ਹੈ ਜਿਹੜੀ ਇੱਕੇ ਦਮ ਸਾਡੇ ਨਾਲ ਅਚਰਜ ਕੌਤਕ ਵਾਪਰ ਜਾਵੇ। ਸਤਿਗੁਰੂ ਜੀ ਕਹਿੰਦੇ ਉਹਦੀ ਚਿੰਤਾ ਕਰਨੀ ਚਾਹੀਦੀ ਹੈ, ਪਰ ਕਦੀ ਮੌਤ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਕਿ ਉਹ ਮੌਤ ਹੋਣੀ ਹੈ, ਮੌਤ ਅਨਹੋਣੀ ਨਹੀਂ ਹੈ। ਉਹ ਸਿੱਖ ਕਹਿਣ ਲੱਗਾ ਮੇਰੇ ਨਾਲ ਇੱਕ ਅਚਰਜ ਕੌਤਕ ਹੋਇਆ ਹੈ, ਤੇ ਅੱਜ ਵੀ ਜੇ ਦੁਨੀਆਂ ਦੇ ਵਿੱਚ ਵਿਚਰਦਿਆਂ ਹੋਇਆ ਕਿਸੇ ਮਨੁੱਖ ਨਾਲ ਕੌਤਕ ਵਰਤ ਜਾਵੇ, ਅਜਿਹਾ ਭਾਣਾ ਵਰਤ ਜਾਵੇ, ਤਾਂ ਉਹ ਦੁਨੀਆਂ ਦੇ ਸਾਹਮਣੇ ਜਾਂ ਲੋਕਾਂ ਨੂੰ ਦੱਸਣ ਲੱਗੇ ਤਾਂ ਦੁਨੀਆਂ ਦੇ ਲੋਕਾਂ ਨੇ ਵਿਸ਼ਵਾਸ ਨਹੀਂ ਕਰਨਾ। ਕਿਉਂ? ਕਿਉਂਕਿ ਉਹਨਾਂ ਕਹਿਣਾ ਤੋਂ ਝੂਠ ਬੋਲਦਾ ਏਦਾਂ ਹੋ ਹੀ ਨਹੀਂ ਸਕਦਾ। ਪਰ ਸਤਿਗੁਰੂ ਜੀ ਦੀ ਬਾਣੀ ਕਹਿੰਦੇ ਜਿਸ ਬੀਤੀ ਜਾਣੇ ਸੋਈ, ਜਿਹਨਾਂ ਬੀਤਦੀ ਉਹ ਹੀ ਜਾਣਦਾ ਹੈ। ਦੁਨੀਆਂ ਨੇ ਨਹੀਂ ਮਰਨਾ ਕਿ ਨਹੀਂ ਤੂੰ ਝੂਠ ਬੋਲ ਰਿਹਾ, ਏਦਾਂ ਹੋ ਹੀ ਨਹੀਂ ਸਕਦਾ। ਪਰ ਜਿਹਨਾਂ ਭਾਣਾ ਵਾਪਰ ਜਾਵੇ ਉਹਨੂੰ ਪਤਾ ਹੈ ਕਿ ਮੈਂ ਇਹ ਚਰਜ ਕੌਤਕ ਵੇਖਿਆ ਹੋਇਆ ਹੈ। ਉਹ ਸਿੱਖ ਕਹਿਣ ਲੱਗਾ ਖਾਲਸਾ ਜੀ ਮੈਂ ਇਸ ਪਾਵਨ ਪਵਿੱਤਰ ਧਰਤੀ ਤੇ ਇੱਕ ਅਚਰਜ ਕੌਤਕ ਵੇਖਿਆ ਹੈ, ਉਹ ਅਚਰਜ ਕੌਤਕ ਇਸ ਪਾਵਨ ਪਵਿੱਤਰ ਧਰਤੀ ਦੇ ਬਾਰੇ ਮੈਂ ਖਾਲਸੇ ਦੇ ਅੱਗੇ ਰੱਖਣਾ ਚਾਹੁੰਦਾ ਹਾਂ, ਕਿਉਂਕਿ ਇਸ ਪਾਵਨ ਪਵਿੱਤਰ ਧਰਤੀ ਦੀ ਗੱਲ ਹੋ ਰਹੀ ਹੈ, ਤੇ ਇਸ ਪਾਵਨ ਪਵਿੱਤਰ ਧਰਤੀ ਦੀ ਮਹੱਤਤਾ ਨੂੰ ਮੈਂ ਖਾਲਸੇ ਦੇ ਸਾਹਮਣੇ ਹੋਰ ਉਜਾਗਰ ਕਰਕੇ ਦੱਸਣੀ ਚਾਹੁੰਦਾ ਹਾਂ। ਇੱਕ ਛੇਲੀ ਊਹਾਂ ਭੂਲ ਰਹੀ। ਖਾਲਸਾ ਕਹਿਣ ਲੱਗਾ ਭਲਿਆ ਜਿੱਥੇ ਸਾਰੇ ਗੱਲਾਂ ਦੱਸ ਰਹੇ ਹਨ ਤੇ ਖਾਲਸਾ ਤੇਰੀ ਗੱਲ ਨੂੰ ਜ਼ਰੂਰ ਸੁਣੇਗਾ, ਤੇਰੇ ਕੌਤਕ ਨੂੰ ਵੀ ਜ਼ਰੂਰ ਸੁਣੇਗਾ, ਤੂੰ ਆਪਣੀ ਗੱਲ ਖਾਲਸੇ ਅੱਗੇ ਰੱਖ, ਤੈਨੂੰ ਜਿਹੜਾ ਉਹ ਮੜੇ ਨਹੀਂ ਕੀਤਾ ਜਾਵੇਗਾ। ਕਿਉਂਕਿ ਗੁਰੂ ਦਰਬਾਰ ਵਿੱਚ ਤੇ ਖਾਲਸੇ ਦਰਬਾਰ ਵਿੱਚ ਹਰੇਕ ਕੋਈ ਆਪਣੀ ਗੱਲ ਰੱਖ ਸਕਦਾ ਹੈ, ਭਾਵੇਂ ਉਹ ਗੱਲ ਹਿੰਦੂ ਮਤ ਦਾ ਕੋਈ ਰੱਖਣ ਵਾਸਤੇ ਆਇਆ ਹੈ ਤੇ ਭਾਵੇਂ ਕਿਸੇ ਸਿੱਖ ਨੇ ਰੱਖਣੀ ਹੈ। ਕਿਉਂਕਿ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਇੱਕ ਪੰਡਿਤ ਆਇਆ ਸੀ, ਕਹਿੰਦਾ ਮੈਂ ਜਿਹੜੀ ਉਹ ਭਗਵਤ ਗੀਤਾ ਦੀ ਜਿਹੜੀ ਕਥਾ ਕਰਨੀ ਹੈ, ਭਾਵ ਕਿ ਉਹ ਕਹਿੰਦਾ ਮੈਂ ਮੌਤ ਦੇ ਸੰਬੰਧ ਵਿੱਚ ਵਿਚਾਰਾਂ ਕਰਨੀਆਂ ਹਨ। ਤੇ ਉਹ ਸਤਿਗੁਰੂ ਜੀ ਕਹਿੰਦੇ ਤੂੰ ਜਿੰਨੀਆਂ ਮਰਜ਼ੀ ਵਿਚਾਰਾਂ ਕਰ ਲੈ, ਕੋਈ ਗੱਲ ਨਹੀਂ, ਕਿਉਂਕਿ ਗੁਰੂ ਨਾਨਕ ਦੇਵ ਘਰ ਦੇ ਵਿੱਚ ਕਿਸੇ ਨੂੰ ਨਾਂਹ ਨਹੀਂ ਕੀਤੀ ਜਾਂਦੀ, ਹਰੇਕ ਕੋਈ ਆਪਣੇ ਵਿਚਾਰ ਰੱਖ ਸਕਦਾ ਹੈ। ਇੱਥੇ ਵੀ ਸਿੱਖ ਪੰਥ ਨੇ ਕਿਹਾ ਖਾਲਸਾ ਜੀ ਤੁਸੀਂ ਆਪਣੇ ਵਿਚਾਰ ਰੱਖਣੇ ਚਾਹੁੰਦੇ ਜੇ,
ਜ਼ਰੂਰ ਰੱਖੋ, ਅਸੀਂ ਤੁਹਾਡੇ ਵਿਚਾਰ ਜ਼ਰੂਰ ਸੁਣਾਂਗੇ। ਤੇ ਉਹ ਸਿੱਖ ਕਹਿਣ ਲੱਗਾ, ਖਾਲਸਾ ਜੀ, ਫਿਰ ਮੈਂ ਆਪਣੀਆਂ ਅੱਖਾਂ ਦਾ ਇਹ ਕੌਤਕ ਵੇਖਿਆ। ਕਹਿਣ ਲੱਗਾ ਕਿ ਇੱਕ ਛੇਲੀ ਊਹਾਂ ਭੁੱਲ ਰਹੀ, ਛੇਲੀ ਤੋਂ ਭਾਵ ਇੱਕ ਬੱਕਰੀ, ਤੇ ਛੇ ਬੱਕਰੀ ਇਹ ਜਿਹੜੀ ਸੀ ਰਹਿ ਗਈ ਸੀ ਉੱਥੇ, ਉਹ ਭਾਵ ਕਿ ਸੂਣ ਵਾਲੀ ਸੀ, ਉਹ ਬੱਚਿਆਂ ਨੂੰ ਜਨਮ ਦੇਣ ਵਾਲੀ ਸੀ। ਉਹ ਸਿੱਖ ਕਹਿੰਦਾ, ਖਾਲਸਾ ਜੀ, ਮੈਂ ਉਸ ਧਰਤੀ ਤੇ ਇੱਕ ਬੱਕਰੀ ਨੂੰ ਜੋ ਬੱਚਿਆਂ ਨੂੰ ਜਨਮ ਦੇਣ ਵਾਲੀ ਸੀ, ਉਹ ਉਸ ਜਗ੍ਹਾ ਤੇ ਆਪਣੇ ਸਾਥੀਆਂ ਨਾਲ ਉਹ ਵਿਛੜ ਗਈ, ਉਹ ਭੁੱਲ ਗਈ, ਉਹ ਕੱਲੀ ਰਹਿ ਗਈ। ਸੋ ਬਿਆਇਤ ਊਹਾਂ ਭਈ, ਕਹਿੰਦੇ ਕੁਝ ਕੁ ਸਮਾਂ ਲੰਘਿਆ ਤੇ ਉਸ ਬੱਕਰੀ ਨੇ, ਉਸ ਛੇਲੀ ਨੇ ਉਹਨੇ ਬੱਚਿਆਂ ਨੂੰ ਜਨਮ ਦੇ ਦਿੱਤਾ, ਉਹਨੇ ਦੋ ਬੱਚਿਆਂ ਨੂੰ ਜਨਮ ਦੇ ਦਿੱਤਾ। ਸੋ ਦੇਖ ਬਘਿਆੜਨ ਲਈ, ਜਦੋਂ ਉਸ ਬੱਕਰੀ ਨੇ ਬੱਚਿਆਂ ਨੂੰ ਜਨਮ ਦਿੱਤਾ ਤੇ ਕਹਿੰਦੇ ਇੱਕ ਬਘਿਆੜ ਉੱਥੋਂ ਦੀ ਲੰਘ ਰਿਹਾ ਸੀ, ਉਹਨੇ ਵੇਖਿਆ ਕਿ ਬੱਕਰੀ ਕੱਲੀ ਹੈ ਅਤੇ ਉਹਨੇ ਹੁਣੇ ਹੁਣੇ ਦੋ ਬੱਚਿਆਂ ਨੂੰ ਜਨਮ ਦਿੱਤਾ ਹੈ। ਤੇ ਹਰੇਕ ਦਾ ਚਾਅ ਹੁੰਦਾ ਸੀ ਕਿ ਬੱਕਰੀਆਂ ਦੇ ਬੱਚਿਆਂ ਨੂੰ ਘਰ ਦੇ ਵਿੱਚ ਰੱਖਿਆ ਜਾਵੇ। ਉਹਨੇ ਬਘਿਆੜ ਨੇ ਵੀ ਸੋਚਿਆ ਕਿ ਇਹ ਬੱਕਰੀ ਕੱਲੀ ਹੈ, ਮਾਲਕ ਇਹਦੇ ਲਾਗੇ ਕੋਈ ਨਹੀਂ ਹੈ, ਤੇ ਕਿਉਂ ਨਾ ਬੱਕਰੀ ਦੇ ਕੋਲੋਂ ਬੱਚਿਆਂ ਨੂੰ ਉਠਾ ਕੇ ਘਰ ਲੈ ਜਾਇਆ ਜਾਵੇ। ਇਹਨਾਂ ਨੂੰ ਮੈਂ ਪਰਵਰਿਸ਼ ਕਰੂੰਗਾ, ਆਪਣੇ ਕੋਲ ਰੱਖੂੰਗਾ, ਆਉਣ ਵਾਲੇ ਸਮੇਂ 'ਚ ਮੈਂ ਇਹਨਾਂ ਦਾ ਜਿਹੜਾ ਦੁੱਧ ਪੀਆ ਕਰਾਂਗਾ। ਕਿਉਂਕਿ ਆਪਾਂ ਜਾਣਦੇ ਹਾਂ ਬੱਕਰੀ ਦੇ ਦੁੱਧ ਵਿੱਚ ਬੜੀ ਤਾਕਤ ਹੈ। ਉਹ ਜਦੋਂ ਬਘਿਆੜ ਨੇ ਵੇਖਿਆ, ਸੋ ਦੇਖ ਬਘਿਆੜ ਲੈ ਬਘਿਆੜਨ ਲਈ ਉਸ ਬੱਕਰੀ ਨੂੰ ਜਿਹਨੇ ਦੋ ਬੱਚੇ ਦਿੱਤੇ ਸਨ, ਉਸ ਬਘਿਆੜ ਨੇ ਵੇਖ ਲਿਆ। ਰਹੇ ਬਘਿਆੜ ਦੇ ਜ਼ੋਰ ਲਗਾਈ। ਉਹ ਸਿੱਖ ਕਹਿੰਦਾ, ਖਾਲਸਾ ਜੀ, ਬਘਿਆੜ ਦੀ ਨੀਤ ਮਾੜੀ ਹੋ ਗਈ, ਉਹਨੇ ਬੱਚਿਆਂ ਨੂੰ ਚੁੱਕਣ ਦਾ ਯਤਨ ਕੀਤਾ, ਪਰ ਉੱਥੇ ਕੌਤਕ ਇਹ ਵਰਤਿਆ ਕਿ ਪਰਮਾਤਮਾ ਨੇ ਬੱਕਰੀ ਦੇ ਵਿੱਚ ਇੰਨੀ ਤਾਕਤ ਪਾ ਦਿੱਤੀ ਕਿ ਬੱਕਰੀ ਨੇ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਉਸ ਬਘਿਆੜਨ ਦੇ ਨਾਲ ਜਿਹੜਾ ਉਹ ਭਿੜ ਗਈ, ਪਾ ਕੇ ਬੱਚਿਆਂ ਨੂੰ ਬਚਾਉਣ ਖਾਤਰ ਉਹ ਬਘਿਆੜਨ ਦੇ ਬਘਿਆੜ ਦੇ ਨਾਲ ਲੜਨ ਵਾਸਤੇ ਤਿਆਰ ਹੋ ਗਈ। ਬੱਕਰੀ ਛੇਲੇ ਦਏ ਨਾ ਲੈਣ, ਤੇ ਬੱਕਰੀ ਨੇ ਪੂਰੀ ਜ਼ੋਰ ਦੇ ਨਾਲ ਉਸ ਬਘਿਆੜ ਨੂੰ ਆਪਣੇ ਬੱਚਿਆਂ ਨੂੰ ਆਪਣੇ ਤੋਂ ਵੱਖ ਨਹੀਂ ਹੋਣ ਦਿੱਤਾ, ਤੇ ਹਾਰ ਕੇ ਬਘਿਆੜ ਨੂੰ ਉਹਨੂੰ ਛੱਡ ਕੇ ਜਿਹੜਾ ਵਾ ਭੱਜਣਾ ਪੈ ਗਿਆ ਕਿ ਮੈਂ ਇਹਨਾਂ ਬੱਚਿਆਂ ਨੂੰ ਇਹਨਾਂ ਦੀ ਮਾਂ ਦੇ ਸਾਹਮਣੇ ਨਹੀਂ ਖੜ ਸਕਦਾ। ਐਸੀ ਦੇਖੀ ਬਾਤ ਸੁਮੈਨ, ਕਹਿਣ ਲੱਗਾ, ਖਾਲਸਾ ਜੀ, ਇਸ ਤਰੀਕੇ ਦੀ ਗੱਲ, ਇਸ ਤਰੀਕੇ ਦਾ ਕੌਤਕ ਮੈਂ ਇਸ ਪਾਵਨ ਪਵਿੱਤਰ ਧਰਤੀ ਤੇ ਵੇਖਿਆ ਹੋਇਆ ਹੈ। ਤੇ ਜਦੋਂ ਖਾਲਸੇ ਨੂੰ ਸੁਣਾਇਆ, ਵਿੱਚੋਂ ਕਈ ਟਿਚਰਾ ਵੀ ਕਰਨ ਲੱਗੇ ਕਿ ਆਹ ਤੇਰੀ ਗੱਲ ਇੱਥੇ ਕੋ ਢੁਕਦੀ ਨਹੀਂ ਹੈ, ਫਿਰ ਉਹ ਆਪਣੀ ਗੱਲ ਰੱਖਦਾ ਹੈ। ਤੇ ਖਾਲਸਾ ਫਿਰ ਜਿਹੜਾ ਵਿੱਚੋਂ ਇੱਕ ਹੋਰ ਗੱਲ ਕਰਦਾ ਸਿੱਖ, ਉਹ ਕਹਿਣ ਲੱਗਾ, ਨਹੀਂ ਖਾਲਸਾ ਜੀ, ਤੇਰੀ ਗੱਲ ਦੇ ਨਾਲ ਇਸ ਬੱਕਰੀ ਵਾਲੀ ਜਿਹੜੇ ਕੌਤਕ ਉਹ ਪੂਰਾ ਢੁੱਕ ਚੁੱਕਿਆ ਹੈ। ਉਹ ਕਿਵੇਂ ਢੁੱਕਿਆ ਉਹ ਆਪਾਂ ਵਿਚਾਰ ਕੱਲ ਨੂੰ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋਈਆਂ ਨੇ, ਗੁਰੂ ਅਤੇ ਸੰਗਤ ਬਖਸ਼ਣ ਹਾਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।